ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮ ਮਿਸ਼ਰ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਸ ਦੀ ਤਰ੍ਹਾਂ ਹੀ ਦੋਸਤੋ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵਾਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ ਪੰਜਾਬ ਦੇ ਵਿੱਚ ਅੱਜ ਵਕ ਵਕ ਥਾਵਾਂ ਦੇ ਉੱਤੇ ਹਲਕੇ ਤੋਂ ਦਰਮਿਆਨੇ ਪੱਧਰ ਦਾ ਮੀਂਹ ਪਿਆ ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਕਈ ਹਿੱਸਿਆਂ ਦੇ ਵਿੱਚ ਜਾਨੀ ਕਿ ਬਰਨਾਲਾ ਤੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਇਨਾ ਕ ਮੀਂਹ ਪਿਆ ਵੀ ਉੱਥੇ ਕਾਫੀ ਗਲੀਆਂ ਦੇ ਵਿੱਚ ਪਾਣੀ ਖੜ ਗਿਆ ਜਿਸ ਦੇ ਕਰਕੇ ਲੋਕ ਥੋੜੇ ਜਿਹਾ ਪਰੇਸ਼ਾਨ ਵੀ ਹੋਏ ਆ ਪਰ ਇਸ ਮੀਂਹ ਦੀ ਬੜੀ ਜ਼ਰੂਰਤ ਸੀ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਇਸ ਵਕਤ ਝੋਨਾ ਸੁੱਕ ਰਿਹਾ ਸੀ ਤੇ ਝੋਨੇ ਨੂੰ ਮਹਿੰਗਾ ਡੀਜ਼ਲ phੂਕ ਕੇ ਤੇ ਪਾਲਣਾ ਬੜਾ ਔਖਾ ਕਿਸਾਨ ਭਾਈਚਾਰੇ ਦੇ ਲਈ ਵੈਸੇ ਵੀ ਲੋਕ ਗਰਮੀ ਤੋਂ ਬੜੇ ਤਪੇ ਪਏ ਸੀ ਜਿਹਦੇ ਕਰਕੇ ਥੋੜੀ ਜਿਹੀ ਰਾਹਤ ਚਾਹੀਦੀ ਸੀ ਤੇ ਅੱਜ ਪੰਜਾਬ ਦੇ ਵਿੱਚ ਮੀਂਹ ਪੈਣ ਦੇ ਕਰਕੇ ਰਾਹਤ ਮਿਲੀ ਹੈ ਜਲੰਧਰ ਦੇ ਵਿੱਚ ਵੀ ਅੱਧੀ ਰਾਤ ਤੋਂ ਬਾਅਦ ਚੋਖਾ ਮੀਂਹ ਪਿਆ ਸਵੇਰ ਦੇ ਵੇਲੇ ਵੀ ਅੱਜ ਕਿੜਮਣ ਕਿੜਮਣ ਹੁੰਦੀ ਸੀ ਮੌਸਮ ਵਿਭਾਗ ਨੇ ਅੰਦਾਜ਼ਾ ਇਹ ਪੇਸ਼ ਕੀਤਾ ਕਿ ਆਉਂਦੇ 2 ਦਿਨ ਪੰਜਾਬ ਦੇ ਵਿੱਚ ਬੱਦਲਵਾਈ ਰਹਣੀ ਹੈ ਪੰਜਾਬ ਦੇ ਵਿੱਚ ਤਪਸ਼ ਘਟੀ ਰਹਿਣੀ ਹੈ ਪੰਜਾਬ ਦੇ ਵਿੱਚ ਮੀਂਹ ਫੇਰ ਪੈਣ ਦੀ ਸੰਭਾਵਨਾ ਕਈ ਹਿੱਸਿਆਂ ਦੇ ਵਿੱਚ ਹੈ ਸੋ ਕਿੰਨੀ ਕੁ ਭਵਿੱਖਬਾਣੀ ਸਹੀ ਸਾਬਤ ਹੁੰਦੀ ਹੈ ਇਹ ਤਾਂ ਵਕਤ ਦੱਸੂਗਾ ਪਰ ਪਹਿਲੀ ਭਵਿੱਖਬਾਣੀ ਪਛੜ ਕੇ ਸਹੀ ਸਾਬਤ ਹੋਈ ਹੈ ਕਿਉਂਕਿ ਕਿਹਾ ਸੀ ਕਿ 29 ਤਰੀਕ ਤੱਕ ਮੀਂਹ ਪੈਣ ਦੀ ਸੰਭਾਵਨਾ 22 ਤੋਂ 29 ਤੱਕ ਪਿਆ ਅੱਜ ਪੰਜਾਬ ਦੇ ਵਿੱਚ ਪਰਵਾ 30 ਤਰੀਕ ਨੂੰ ਹੈ ਸੋ ਜੋ ਭਵਿੱਖਬਾਣੀ ਅਗਲੀ ਕੀਤੀ ਗਈ ਹੈ ਇਹ ਕਿੰਨੀ ਕੁ ਸਹੀ ਸਾਬਤ ਹੁੰਦੀ ਹੈ ਵਕਤ ਦੱਸੂਗਾ ਹੁਣ ਜੇ ਪਹਿਲੀ ਵੱਡੀ ਖਬਰ ਦੇ ਬਾਰੇ ਜਾਣੇ ਤਾਂ ਉਹ ਕਰੋਨਾ ਨਾਲ ਸੰਬੰਧਤ ਹੈ ਪੰਜਾਬ ਦੇ ਵਿੱਚ 550 ਦੇ ਕਰੀਬ ਕੇਸ ਪਿਛਲੇ ਕਈ ਦਿਨਾਂ ਤੋਂ ਹਰ ਰੋਜ਼ ਸਾਹਮਣੇ ਆ ਰਹੇ ਆ ਹਰ ਰੋਜ਼ ਦਰਜਨਾਂ ਦੀ ਗਿਣਤੀ ਦੇ ਵਿੱਚ ਮੌਤਾਂ ਹੋ ਰਹੀਆਂ ਕਦੇ 20 ਕਦੇ 25 ਕਦੇ 26 ਕਦੇ 27 ਇਸ ਹਾਲਾਤ ਦੇ ਵਿੱਚ ਪੰਜਾਬ ਦੇ ਵਿੱਚੋਂ ਕਰੋਨਾ ਕਿਵੇਂ ਮੁੱਕੂ ਤੇ ਕਿਵੇਂ ਰੁਕੂ ਇਹ ਗੱਲ ਬਹੁਤ ਹੀ ਸੋਚਣ ਸਮਝਣ ਤੇ ਵਿਚਾਰਨ ਵਾਲੀ ਹੈ ਪੰਜਾਬ ਦੀ ਸਰਕਾਰ ਕਹਿੰਦੀ ਹੈ ਇਲਾਜ ਦੇ ਵਿੱਚ ਕਮੀ ਪੇਸ਼ੀ ਕੋਈ ਨਹੀਂ ਸਾਡੇ ਕੋਲੇ ਪੂਰੀਆਂ ਸਹੂਲਤਾਂ ਮੌਜੂਦ ਆ ਪਰ ਲੁਧਿਆਣੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਇੱਕ ਬੱਡ ਦੇ ਉੱਤੇ ਦੋ ਦੋ ਕਰੋਨਾ ਪੀੜਤ ਮਰੀਜ਼ ਪਾਏ ਆ। ਸਰਕਾਰ ਇਹ ਗੱਲ ਕਹਿ ਰਹੀ ਹੈ ਜੀ ਕਿ ਅਸੀਂ ਤਾਂ ਨਿੱਜੀ ਹਸਪਤਾਲਾਂ ਦੀ ਵੀ ਕੰਨ ਖਿਚਾਈ ਕਰ ਦਿੱਤੀ ਹੈ। ਉਹ ਵੀ ਹੁਣ ਬਾਲੇ ਪੈਸੇ ਜਿਹੜੇ ਉਹ ਗਰੀਬ ਲੋਕਾਂ ਦੇ ਕੋਲੋਂ ਵਸੂਲ ਨਹੀਂ ਕਰ ਸਕਣਗੇ। ਫਸੇ ਹੋਏ ਲੋਕਾਂ ਦੀ ਜੇਬਾਂ ਨਹੀਂ ਕੱਟ ਸਕਣਗੇ। ਪਰ ਜੇਕਰ ਦਿਨ ਦੇ ਵਿੱਚ 10000 ਰੁਪਏ ਵੀ ਦੇਣਾ ਪਵੇ ਤਾਂ ਇਹ ਵੀ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਮਾਤੜ ਬੰਦੇ ਦੀ ਪਹੁੰਚ ਦੇ ਵਿੱਚ ਹੈ। ਸਰਕਾਰੀ ਹਸਪਤਾਲ 'ਚ ਬੱਡ ਹੈ ਨਹੀਂ। ਨਿੱਜੀ ਵਾਸਤੇ ਪੈਸੇ ਹੈ ਨਹੀਂ ਤਾਂ ਬੰਦਾ ਉਹ ਜਾਊ ਤਾਂ ਜਾਊ ਕਿੱਥੇ? ਸਵਾਲ ਸਭ ਤੋਂ ਵੱਡਾ ਇਹ ਆ। ਪਰ ਪਿਛਲੇ ਇੱਕ ਦੋ ਦਿਨਾਂ ਤੋਂ ਇੱਕ ਬੜੀ ਚਰਚਾ ਛੜੀ ਸੀ ਕਿ ਪੰਜਾਬ ਦੀ ਸਰਕਾਰ ਨੇ ਫੈਸਲਾ ਕਰ ਲਿਆ ਪਲਾਜ਼ਮਾ ਦਾਨ ਦੇ ਮੁਤਲਕ ਪਲਾਜ਼ਮਾ ਦਾਨ ਦੇ ਲਈ ਪਹਿਲੀ ਬੈਂਕ ਜਿਹੜੀ ਦਿੱਲੀ ਦੇ ਵਿੱਚ ਬਣਾਈ ਗਈ ਸੀ ਸ਼ਾਇਦ ਤੁਹਾਨੂੰ ਚਿੱਤੇ ਹੋਵੇ ਕਿ ਦਿੱਲੀ ਦੇ ਜਿਹੜੇ ਕੈਬਨਿਟ ਮੰਤਰੀ ਸਤੇਂਦਰ ਜੈਨ ਉਹ ਕਰੋਨਾ ਪੀੜਤ ਹੋ ਗਏ ਸੀ ਹਾਲਤ ਬੜੀ ਗੰਮੀਰ ਹੋ ਗਈ ਸੀ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪਲਾਜ਼ਮਾ ਦਿੱਤਾ ਗਿਆ ਤੇ ਪਲਾਜ਼ਮਾ ਥੈਰੇਪੀ ਕੰਮ ਆਈ ਤੇ ਉਹ ਤੰਦਰੁਸਤ ਹੋ ਗਏ ਹਾਲਾਂਕਿ ਜਿਹੜੇ ਸਿਹਤ ਮਾਰ ਦੇ ਸਿਖਰਲੇ ਸਿਹਤ ਮਾਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਲਾਜ਼ਮਾ ਜਿਹੜਾ ਇਹਦੇ ਨਾਲ ਇਲਾਜ ਪ੍ਰਣਾਲੀ ਨੂੰ ਅਸੀਂ ਪ੍ਰਮਾਣਿਤ ਨਹੀਂ ਮੰਨਦੇ ਪਰ ਹਾਂ ਤਜਰਬੇ ਦੇ ਤੌਰ ਦੇ ਉੱਤੇ ਵਰਤ ਸਕਦੇ ਆਂ ਦਿੱਲੀ ਦੇ ਵਿੱਚ ਸੁਲੱਖਣਾ ਤਜਰਬਾ ਹੋ ਗਿਆ ਪੰਜਾਬ ਦੇ ਵਿੱਚ ਵੀ ਪਲਾਜ਼ਮਾ ਬੈਂਕ ਸਥਾਪਿਤ ਕੀਤੀ ਗਈ ਹੈ ਵਕ ਵਕ ਹੋਰ ਸੂਬਿਆਂ ਦੇ ਵਿੱਚ ਵੀ ਪਲਾਜ਼ਮਾ ਬੈਂਕਾਂ ਸਥਾਪਿਤ ਕੀਤੀਆਂ ਗਈਆਂ ਪਰ ਪੰਜਾਬ ਦੇ ਵਿੱਚੋਂ ਇੱਕ ਅਵੱਲੀ ਖਬਰ ਆ ਗਈ ਇਹ ਖਬਰ ਇਸ ਤਰੀਕੇ ਨਾਲ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਦਾਨੀ ਸੱਜਣਾ ਨੇ ਪਲਾਜ਼ਮਾ ਦਾਨ ਕੀਤਾ ਹੋਊਗਾ ਵਿਭਾਗ ਉਸ ਪਲਾਜ਼ਮਾ ਨੂੰ ਨਿੱਜੀ ਹਸਪਤਾਲਾਂ ਦੇ ਵਿੱਚ 20000 ਰੁਪਏ ਦੇ ਹਿਸਾਬ ਨਾਲ ਵੇਚ ਸਕਦਾ ਇਸ ਗੱਲ ਦਾ ਮੁੱਦਾ ਬਾੜਨਾ ਕੁਦਰਤੀ ਸੀ ਆਮ ਆਦਮੀ ਪਾਰਟੀ ਨੇ ਮੁੱਦਾ ਇਹ ਬਣਾਇਆ ਵੀ ਹੁਣ ਤੱਕ ਦੀਆਂ ਸਰਕਾਰਾਂ ਨੂੰ ਲੋਕਾਂ ਦਾ ਖੂਨ ਚੂਸਦਾ ਤਾਂ ਵੇਖਿਆ ਹੀ ਐ ਪਰ ਲੋਕਾਂ ਦਾ ਖੂਨ ਵੇਚਦਿਆਂ ਪਹਿਲੀ ਵਾਰ ਵੇਖਿਆ ਇਸ ਮਾਮਲੇ ਦੇ ਉੱਤੇ ਜਦੋਂ ਘੇਰਾ ਪੈਣਾ ਸ਼ੁਰੂ ਹੋ ਗਿਆ ਤਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਪੈਰ ਪਿੱਛੇ ਨੂੰ ਖਿੱਚ ਲਿਆ ਉਹਨਾਂ ਨੇ ਅੱਜ ਇਹ ਗੱਲ ਕਹੀ ਹੈ ਜੀ ਕਿ ਪਲਾਜ਼ਮਾ ਮੁਫਤ ਦੇ ਵਿੱਚ ਹੀ ਮਿਲੂਗਾ ਤੇ ਦਾਨ ਵੱਧ ਤੋਂ ਵੱਧ ਕਰਨਾ ਚਾਹੀਦਾ ਅਸਲ ਦੇ ਵਿੱਚ ਗੱਲ ਇਹ ਆ ਕਿ ਜੇਕਰ ਕੋਈ ਵਿਅਕਤੀ ਕਰੋਨਾ ਪੀੜਤਾ ਅੱਜ ਉਹ ਮੰਨ ਲਓ ਤੰਦਰੁਸਤ ਹੋ ਗਿਆ ਹਫ਼ਤੇ ਖੰਡ ਬਾਅਦ ਦੋ ਹਫ਼ਤੇ ਬਾਅਦ ਉਦੇ ਸਰੀਰ ਦੇ ਵਿੱਚ ਐਂਟੀਬਾਡੀ ਸੈੱਲ ਬਣ ਜਾਂਦੇ ਆ ਜੇਕਰ ਕੋਈ ਨਵਾਂ ਕਰੋਨਾ ਪੀੜਤ ਮਰੀਜ਼ ਆਉਂਦਾ ਤਾਂ ਫਿਰ ਇਹਦੇ ਸੈੱਲ ਉਹਨੂੰ ਚੜਾ ਕੇ ਤੇ ਉਹਨੂੰ ਵੀ ਤੰਦਰੁਸਤੀ ਦੇ ਵੱਲ ਨਵੇਂ ਮਰੀਜ਼ ਨੂੰ ਵਧਾਇਆ ਜਾ ਸਕਦਾ ਇਹ ਇਸ ਕਰਕੇ ਜ਼ਰੂਰੀ ਹੈ ਦਾਨ ਕਰਨਾ ਬਹੁਤ ਸਾਰੇ ਲੋਕ ਆ ਜਿਹੜੇ ਕਿ ਪਲਾਜ਼ਮਾ ਇਸ ਵਕਤ ਦਾਨ ਵੀ ਕਰ ਰਹੇ ਆ ਕਈ ਗਰੀਬ ਗੁਰਬੜੇ ਜਿਹੜੇ ਉਹ ਅੰਦਰ ਖਾਤੇ ਕਈ ਕੁਝ ਕਰ ਵੀ ਰਹੇ ਆ ਇਹ ਉਹਨਾਂ ਦੀਆਂ ਮਜਬੂਰੀਆਂ ਵੀ ਆ ਪਰ ਮੇਰੀ ਨਿੱਜੀ ਤੌਰ ਦੇ ਉੱਤੇ ਬੇਨਤੀ ਇਹ ਹੀ ਆ ਵੀ ਸਾਨੂੰ ਦਾਨ ਦੀ ਪ੍ਰਕਿਰਿਆ ਅੱਗੇ ਵਧਾਉਣੀ ਚਾਹੀਦੀ ਆ ਸਾਨੂੰ ਪੈਸੇ ਕਮਾਉਣ ਦੇ ਵੱਲ ਘੱਟ ਖਿਆਲ ਕਰਨਾ ਚਾਹੀਦਾ ਪੈਸੇ ਕਮਾਉਣ ਨੂੰ ਸਾਰੀ ਉਮਰ ਹਰ ਵਜਾ ਹੁੰਦੀ ਹੈ ਪਰ ਇਹੋ ਜਿਹੇ ਮੌਕੇ ਬਹੁਤ ਘੱਟ ਮਿਲਦੇ ਜਦੋਂ ਕਿਸੇ ਗਰੀਬ ਬੰਦੇ ਦੀ ਜਾਂ ਕਿਸੇ ਲੋੜਵੰਦ ਵਿਅਕਤੀ ਦੀ ਅਸੀਂ ਜ਼ਿੰਦਗੀ ਬਚਾ ਸਕਦੇ ਹਾਂ ਆਪਣਾ ਪਲਾਜ਼ਮਾ ਦਾਨ ਕਰਕੇ ਆਪਣਾ ਖੂਨ ਦਾਨ ਕਰਕੇ ਸੋ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਅਸੀਂ ਸਾਰੇ ਜ਼ਿਲ੍ਹਿਆਂ ਦੇ ਸਿਹਤ ਅਧਿਕਾਰੀਆਂ ਨੂੰ ਡਿਪਟੀ ਕਮਿਸ਼ਨਰਾਂ ਨੂੰ ਤੇ ਬਾਕੀ ਛੇਟਲੇ ਉਤਲੇ ਅਫਸਰਾਂ ਨੂੰ ਇਹ ਗੱਲ ਕਹਿ ਦਿੱਤੀ ਹੈ ਕਿ ਲੋਕਾਂ ਨੂੰ ਪਲਾਜ਼ਮਾ ਦਾਨ ਕਰਨ ਵਾਸਤੇ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਵੇ ਤੇ ਇੱਕ ਗੱਲ ਹੋਰ ਕਹੀ ਹੈ ਜੀ ਕਿ ਪਲਾਜ਼ਮਾ ਮੁਫਤ ਦੇ ਵਿੱਚ ਹੀ ਮਿਲੂਗਾ ਪਹਿਲਾਂ ਇਸ ਰਿਪੋਰਟ ਦਾ ਵੀਰਵਾ ਸਾਂਝਾ ਕਰਦੇ ਹਾਂ ਬਾਅਦ ਵਿੱਚ ਕਰਾਂਗੇ ਟਿੱਪਣੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਇਹ ਯਕੀਨੀ ਬਣਾਉਣ ਦੇ ਸਖਤ ਆਦੇਸ਼ ਦੇ ਦਿੱਤੇ ਨੇ ਕਿ ਕੋਵਿਡ ਦੇ ਮਰੀਜ਼ਾਂ ਤੋਂ ਪਲਾਜ਼ਮਾ ਥੈਰੇਪੀ ਦੀ ਕੋਈ ਕੀਮਤ ਨਾ ਵਸੂਲੀ ਜਾਵੇ ਤੇ ਇਹ ਵੀ ਕਿ ਕਿਸੇ ਨੂੰ ਵੀ ਪਲਾਜ਼ਮਾ ਖਰੀਦਣ ਜਾਂ ਵੇਚਣ ਦਾ ਅਖਤਿਆਰ ਨਹੀਂ ਹੈ ਕਿਉਂਕਿ ਪਲਾਜ਼ਮਾ ਕਰੋਨਾ ਵਾਇਰਸ ਦੇ ਕਿਸੇ ਵੀ ਇਲਾਜ ਦੀ ਅਣਹੋਂਦ ਵਿੱਚ ਕਈ ਮਾਮਲਿਆਂ ਵਿੱਚ ਜਾਨਾਂ ਬਚਾਉਣ ਦੇ ਵਿੱਚ ਸਹਾਇੀ ਸਾਬਤ ਹੋਇਆ ਮੁੱਖ ਮੰਤਰੀ ਨੇ ਤੰਦਰੁਸਤ ਹੋਏ ਕੋਵਿਡ ਦੇ ਮਰੀਜ਼ਾਂ ਨੂੰ ਬਾਕੀ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਦੇ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਡੀਸੀ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕੋਵਿਡ ਦੇ ਪ੍ਰਬੰਧਨਾਂ ਦੀ ਸਮੀਖਿਆ ਵਾਸਤੇ ਵੀਡੀਓ ਕਾਨਫਰੈਂਸਿੰਗ ਰਾਹੀਂ ਹੋਈ ਇੱਕ ਮੀਟਿੰਗ ਮੌਕੇ ਅਜੇ ਮਰੀਜ਼ਾਂ ਨੂੰ ਆਪਣਾ ਪਲਾਜ਼ਮਾ ਦਾਨ ਕਰਨ ਵਾਸਤੇ ਉਤਸ਼ਾਹਿਤ ਕਰਨ ਦੇ ਲਈ ਵੀ ਕਿਹਾ। ਉਹਨਾਂ ਨੇ ਅੱਗੇ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਸੂਬੇ ਦੇ ਵਿੱਚ ਤਕਰੀਬਨ 10,000 ਮਰੀਜ਼ ਠੀਕ ਹੋ ਚੁੱਕੇ ਨੇ ਤੇ ਉਹਨਾਂ ਦੀ ਸਰਕਾਰ ਦੀ ਤਰਜੀਹ ਦੇ ਵਿੱਚ ਸੂਬੇ ਦੇ ਹਰੇਕ ਵਿਅਕਤੀ ਦੀ ਜ਼ਿੰਦਗੀ ਨੂੰ ਬਚਾਉਣਾ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਅਮਰitsar ਤੇ ਫਰੀਦਕੋਟ ਵਿਖੇ ਦੋ ਪਲਾਜ਼ਮਾ ਬੈਂਕ ਸਥਾਪਿਤ ਕਰਨ ਸਬੰਧੀ ਤੇਜ਼ੀ ਨਾਲ ਕਾਰਵਾਈ ਕੀਤੀ ਜਾਵੇ ਤਾਂ ਜੋ ਪਟਿਆਲਾ ਵਿਖੇ ਪਹਿਲਾਂ ਹੀ ਚੱਲ ਰਹੇ ਪਲਾਜ਼ਮਾ ਬੈਂਕ ਨੂੰ ਸਹਾਰਾ ਮਿਲ ਸਕੇ ਕੈਬਨਿਟ ਮੰਤਰੀ ਓਪੀ ਸੋਨੀ ਨੇ ਇਸ ਮੌਕੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਨਵੇਂ ਬੈਂਕਾਂ ਸਬੰਧੀ ਮਨਜ਼ੂਰੀ ਹਾਸਲ ਹੋ ਚੁੱਕੀ ਹੈ ਤੇ ਉਪਕਰਨਾਂ ਦੀ ਖਰੀਦ ਵਾਸਤੇ ਟੈਂਡਰ ਜਾਰੀ ਕੀਤੇ ਜਾ ਚੁੱਕੇ ਨੇ ਸੂਬੇ ਦੇ ਵਿੱਚ ਵਧਦੇ ਜਾ ਰਹੇ ਮਾਮਲਿਆਂ ਦੇ ਉੱਤੇ ਚਿੰਤਾ ਜ਼ਾਹਰ ਕਰਦਿਆਂ ਕੈਪਟਨ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਕਿਹਾ ਕਿ ਸਮੂਹ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਲਾਗਦੇ ਮਾਮੂਲੀ ਕੇਸਾਂ ਵਾਲੇ ਮਰੀਜ਼ਾਂ ਦੀ ਦੇਖਭਾਲ ਤੇ ਇਲਾਜ ਲਈ 10 ਬੈੱਡ ਸਥਾਪਿਤ ਹਿਤ ਟੁਕਮੀ ਤਜਵੀਜ਼ ਤਿਆਰ ਭੇਜੀ ਜਾਵੇ ਤੇ ਸਿਹਤ ਮੰਤਰੀ ਨੇ ਕਿਹਾ ਕਿ ਅਜਿਹੀ ਸਹੂਲਤ ਪਹਿਲਾਂ ਹੀ ਸਾਰੇ ਸਿਵਲ ਹਸਪਤਾਲਾਂ ਦੇ ਲਈ ਤਜਵੀਜ਼ ਕੀਤੀ ਗਈ ਸੀ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਸ ਵਕਤ ਪਲਾਜ਼ਮਾ ਇੱਕ ਬਹੁਤ ਆਸ ਦੀ ਕਿਰਨ ਦੇ ਤੌਰ ਦੇ ਉੱਤੇ ਲੋਕਾਂ ਦੇ ਸਾਹਮਣੇ ਆਈ ਪ੍ਰਣਾਲੀ ਹੈ ਹਾਲਾਂਕਿ ਇਹ ਗੱਲ ਮੈਂ ਜਿਵੇਂ ਮੁੱਢ ਦੇ ਵਿੱਚ ਕਹੀ ਹੈ ਸਿਹਤ ਮਹਾਰਾ ਨੇ ਇਹ ਗੱਲ ਕਹੀ ਹੈ ਖਾਸ ਕਰਕੇ WHO ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਇੱਕ ਵਾਰ ایمਸ ਦੇ ਮਹਾਰਾ ਦੇ ਵੱਲੋਂ ਵੀ ਗੱਲ ਕਹੀ ਗਈ ਹੈ ਕਿ ਅਸੀਂ ਇਹਨੂੰ ਪ੍ਰਮਾਣਿਕ ਇਲਾਜ ਨਹੀਂ ਮੰਨਦੇ ਕਿ ਭਈ ਦਵਾਈ ਦੇ ਤੌਰ ਤੇ ਉੱਤੇ ਹੀ ਹੈ ਪਰ ਅਸੀਂ ਇਹਨੂੰ ਤਜਰਬੇ ਦੇ ਤੌਰ ਤੇ ਉੱਤੇ ਆਪਣੀ ਮਰਜ਼ੀ ਦੇ ਮੁਤਾਬਕ ਵਰਤ ਜ਼ਰੂਰ ਸਕਦੇ ਹਾਂ ਪਰ ਉਹੀ ਜਿਹੜਾ ਤਜਰਬਾ ਹੁਣ ਤੱਕ ਕਈ ਥਾਵਾਂ ਦੇ ਉੱਤੇ ਸਫਲ ਹੋਇਆ ਇਸ ਕਰਕੇ ਮੇਰੀ ਜ਼ਾਤੀ ਤੌਰ ਦੇ ਉੱਤੇ ਬੇਨਤੀ ਉਹਨਾਂ ਸਾਰੇ ਲੋਕਾਂ ਨੂੰ ਆ ਜਿਹੜੇ ਕਿ ਕਰੋਨਾ ਪੀੜਤ ਸੀ ਤੇ ਹੁਣ ਕੁਦਰਤ ਦੀ ਕਿਰਪਾ ਦੇ ਨਾਲ ਤੇ ਉਹ ਤੰਦਰੁਸਤ ਹੋ ਗਏ ਆ ਉਹ ਆਪਣਾ ਪਲਾਜ਼ਮਾ ਵੱਧ ਤੋਂ ਵੱਧ দান ਕਰਨ ਦੂਜੀ ਗੱਲ ਇਹ ਆ ਕਿ ਪਿੱਛੇ ਜੇ ਇੱਕ ਦਿੱਲੀ ਦੇ ਜਿਹੜੇ ਸਪੀਕਰ ਸਾਹਿਬ ਨੇ ਉਹਨਾਂ ਦੀ ਖਬਰ ਸਾਹਮਣੇ ਆਈ ਸੀ ਉਹਨਾਂ ਦਾ ਇੱਕ ਮਿੱਤਰ ਕਰੋਨਾ ਪੀੜਤ ਹੋ ਗਿਆ ਸਪੀਕਰ ਸਾਹਿਬ ਨੇ ਇੱਕ ਥਾਂ ਦੇ ਉੱਤੇ ਫੋਨ ਕੀਤਾ ਪਲਾਜ਼ਮਾ ਬੈਂਕ ਦੇ ਵਿੱਚ ਕਿ ਸਾਨੂੰ ਪਲਾਜ਼ਮਾ ਚਾਹੀਦਾ ਇੱਕ ਬੰਦੇ ਨੂੰ ਬਚਾਉਣ ਦੇ ਲਈ ਉਨੇ ਗੁਰ ਰਕਮਦਸਤੀ ਜੀ ਕਿ ਐਨੇ ਪੈਸੇ ਲੱਗਣਗੇ ਤੇ ਤੁਹਾਡੇ ਤੱਕ ਇੰਨਾ ਪਲਾਜ਼ਮਾ ਪਹੁੰਚ ਜਾਊਗਾ ਇੰਨੀਆਂ ਬੋਤਲਾਂ ਖੂਨ ਦੀਆਂ ਪਹੁੰਚ ਜਾਣੀਆਂ ਆਸਮਾਨ ਪਹੁੰਚੂ ਉਹ ਸਮਾਨ ਪਹੁੰਚੂ ਉਸ ਤੋਂ ਬਾਅਦ ਬੜੀ ਵੱਡੇ ਪੱਤਰ ਦੇ ਉੱਤੇ ਖਬਰ ਨਸ਼ਰ ਹੋਈ ਸੀ ਵੀ ਜੇਕਰ ਵਿਧਾਨ ਸਭਾ ਦੇ ਇੱਕ ਸਪੀਕਰ ਦੇ ਕੋਲੋਂ ਪੈਸੇ ਮੂੰਹ ਪਾੜ ਕੇ ਮੰਗੇ ਜਾ ਸਕਦੇ ਆ ਤੇ ਜੇਕਰ ਕਿਸੇ ਰਿਕਸ਼ਾ ਚਾਲਕ ਨੂੰ ਹੋ ਜਾਂਦਾ ਕਰੋਨਾ ਤੇ ਫਿਰ ਉਹਦਾ ਕਿਨੇ ਇਲਾਜ ਕਰਵਾਉਣਾ ਉਸ ਬੰਦੇ ਨੂੰ ਤਾਂ ਪੈਸੇ ਦੇ ਕੇ ਵੀ ਸ਼ਾਇਦ ਪਲਾਜ਼ਮਾ ਨਾ ਮਿਲੇ ਉਹਦੀ ਹਾਲਤ ਇਹੋ ਜੀ ਹੋ ਸਕਦੀ ਆ ਸੋ ਪੰਜਾਬ ਦੇ ਵਿੱਚ ਇਹ ਖਬਰਾਂ ਆਉਂਦੀਆਂ ਰਹੀਆਂ ਤੇ ਆ ਵੀ ਰਹੀਆਂ ਕਿ ਪਲਾਜ਼ਮਾ ਜਿਹੜਾ ਉਹ ਅੰਦਰ ਖਾਤੇ ਕਈ ਥਾਵਾਂ ਦੇ ਉੱਤੇ ਧੰਦੇ ਦਾ ਕਾਰਨ ਵੀ ਬਣਿਆ ਹੋਇਆ ਮੈਂ ਪਰਸੋ ਇੱਕ ਪਾਕਿਸਤਾਨ ਦੇ ਵੱਲੋਂ ਖਬਰ ਪੜੀ 2 ਲੱਖ ਰੁਪਏ ਦੇ ਵਿੱਚ ਪਲਾਜ਼ਮਾ ਉੱਥੇ ਵਿਕ ਰਿਹਾ ਯਾਨੀ ਕਿ ਬੰਦੇ ਦੀ ਜ਼ਿੰਦਗੀ ਬਚਾਉਣ ਦੇ ਲਈ 2 ਲੱਖ ਰੁਪਏ ਇਹ ਹਸਪਤਾਲ ਦੇ ਖਰਚੇ ਵੱਖਰੇ ਇਦਾਂ ਦਾ ਵੀ ਉੱਥੇ ਕੰਮ ਚੱਲ ਰਿਹਾ ਇਹ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੋਰ ਕਿਤੇ ਨਹੀਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਉਹੀ ਇਹੋ ਜਿਹੀਆਂ ਖਬਰਾਂ ਆਉਂਦੀਆਂ ਪਰ ਜਿਹੜੀ ਗੱਲ ਪਹਿਲਾਂ ਪੰਜਾਬ ਦੀ ਸਰਕਾਰ ਦੇ ਵੱਲੋਂ ਫੈਸਲੇ ਦੇ ਤੌਰ ਤੇ ਕਹੀ ਗਈ ਇਹ ਸੱਚੀ ਮੂੱਚੀ ਹੈਰਾਨ ਤੇ ਪਰੇਸ਼ਾਨ ਕਰਨ ਵਾਲੀ ਹੈ ਹੁਣ ਤੱਕ ਪੜਦੇ ਹੁੰਦੇ ਸੀ ਕਿ ਸਾਡੇ ਸ਼ਹੀਦਾਂ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ ਕਿ ਅਖੇ ਤੁਸੀਂ ਸਾਨੂੰ ਖੂਨ ਦਿਓ ਤੇ ਅਸੀਂ ਤੁਹਾਨੂੰ ਆਜ਼ਾ ਪਰ ਪੰਜਾਬ ਦੇ ਵਿੱਚ ਉਲਟ ਕੰਮ ਚੱਲ ਪਿਆ ਤੁਸੀਂ ਸਾਨੂੰ ਖੂਨ ਦਿਓ ਅਸੀਂ ਅੱਗੇ ਵੇਚ ਦੇਾਂਗੇ ਇਦਾਂ ਦੀਆਂ ਗੱਲਾਂ ਚੰਗੀਆਂ ਨਹੀਂ ਪੰਜਾਬ ਦੀ ਸਰਕਾਰ ਨੂੰ ਇਸ ਮਾਮਲੇ ਦੇ ਉੱਤੇ ਸੋਚਣਾ ਵਿਚਾਰਨਾ ਪਹਿਲਾਂ ਹੀ ਚਾਹੀਦਾ ਸੀ ਕਿਸੇ ਵੀ ਸੂਬੇ ਦੀ ਸਰਕਾਰ ਆ ਜਿਹੜੀ ਉਹਦੇ ਤੋਂ ਬਹੁਤ ਸਾਰੀਆਂ ਆਸਾਂ ਉਥੋਂ ਦੇ ਵਸਨੀਕਾਂ ਨੂੰ ਹੁੰਦੀਆਂ ਜਿਨ੍ਹਾਂ ਨੇ ਵੋਟਾਂ ਪਾਈਆਂ ਹੁੰਦੀਆਂ ਜੇਕਰ ਤੁਹਾਨੂੰ ਪਲਾਜ਼ਮਾ ਦਾਨ ਦੇ ਤੌਰ ਦੇ ਉੱਤੇ ਮਿਲਦਾ ਤਾ ਆਪਾਂ ਨੂੰ ਹਾਕੀ ਕੋਈ ਨਹੀਂ ਕਿ ਅਸੀਂ 5000 ਦੇ ਵਿੱਚ ਜਾਂ 200 ਰੁਪਏ ਦੇ ਵਿੱਚ ਵੀ ਵੇਚ ਗਏ ਆਪਾਂ ਮੁੱਲ ਰੱਖਤਾ 20000 ਰੁਪਏ ਦੇ ਵਿੱਚ ਨਿੱਜੀ ਹਸਪਤਾਲ ਖਰੀਦ ਸਕਦੇ ਆ ਆਮ ਆਦਮੀ ਪਾਰਟੀ ਨੇ ਇਸ ਮਾਮਲੇ ਨੂੰ ਚੁੱਕਿਆ ਤੇ ਅੱਜ ਕੈਪਟਨ ਸਾਹਿਬ ਨੂੰ ਸ਼ਾਇਦ ਇਸੇ ਕਰਕੇ ਪੈਰ ਪਿੱਛੇ ਖਿੱਚਣੇ ਪਏ ਆ ਭਗਵੰਤ ਮਾਨ ਨੇ ਤੇ ਹਰਪਾਲ ਸਿੰਘ ਚੀਮਾ ਨੇ ਇਹ ਗੱਲ ਕਹੀ ਸੀ ਕਿ ਅਸੀਂ 31 ਜੁਲਾਈ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਮੋਤੀ ਮਹਿਲ ਦਾ ਘਰਾਉ ਕਰਾਂਗੇ ਸ਼ਾਇਰੀ ਇਸ ਕਰਕੇ ਉਹਨਾਂ ਨੇ ਪੈਰ ਪਿੱਛੇ ਖਿੱਚ ਲਏ ਇਹ ਵੀ ਗੱਲ ਕਹੀ ਸੀ ਵੀ ਕੁਲਤਾਰ ਸਿੰਘ ਸੰਧਵਾ ਤੇ ਮੀਤ ਹੇਰ ਤੇ ਕਈ ਹੋਰ ਜਿਹੜੇ ਵਿਧਾਇਕ ਆ ਉਹ ਸਿਹਤ ਮੰਤਰੀ ਸਾਹਿਬ ਦੀ ਕੋਠੀ ਦਾ ਵੀ ਘਰਾਉ ਕਰਨਗੇ ਸ਼ਾਇਰੀ ਇਸ ਕਰਕੇ ਪੈਰ ਪੇਸ਼ਾਨੂ ਖਿੱਚ ਲਏ ਯਾਨੀ ਕਿ ਇਸ ਵਕਤ ਲੋਕ ਜਦੋਂ ਬਲਦੀ ਦੇ ਬੂਥੇ ਦੇ ਵਿੱਚ ਪਏ ਆ ਇਸ ਵਕਤ ਜਦੋਂ ਲੋਕ ਤਰਾ ਤਰਾ ਕਰ ਰਹੇ ਲੋਕਾਂ ਦੀ ਜੇਬ ਦੇ ਵਿੱਚ ਦਵਾਨੀ ਇੱਕ ਹੈ ਨਹੀਂ ਗਈ ਤੇ ਆਪਾਂ ਉਤੋਂ ਰੇਟ ਤੈਅ ਕਰ ਲਿਆ ਜੀ ਕਿ ਨਿੱਜੀ ਹਸਪਤਾਲ ਐਨੇ ਪੈਸੇ ਲੈ ਸਕਦੇ ਆ ਤੇ ਜਿਹੜਾ ਪਲਾਜ਼ਮਾ ਉਹ ਐਨੇ ਚ ਵੇਚ ਸਕਦਾ ਤੇ ਐਦਾਂ ਇਉਂ ਹੋ ਸਕਦਾ ਐਦਾਂ ਲੋਕ ਬਚਣਗੇ ਕਿਵੇਂ ਸਵਾਲਾਂ ਦਾ ਸਵਾਲ ਇਹ ਆ ਪੰਜਾਬ ਦੇ ਵਿੱਚ ਜੋ-ਜੋ ਖਬਰਾਂ ਪਿਛਲੇ ਕਈ ਹਫ਼ਤਿਆਂ ਤੋਂ ਆ ਰਹੀਆਂ ਸਰਕਾਰੀ ਹਸਪਤਾਲਾਂ ਚੋਂ ਉਹਦੇ ਵਿੱਚ ਇੱਕ ਇਹ ਵੀ ਖਬਰ ਹੈ ਕਿ ਅੰਮ੍ਰਿਤਸਰ ਦਾ ਜਿਹੜਾ ਗੁਰੂ ਨਾਨਕ ਦੇਵ ਹਸਪਤਾਲ ਆ ਸਰਕਾਰੀ ਉੱਥੇ ਲਾਸ਼ਾਂ ਬਦਲ ਦਿੰਦੇ ਆ ਜਿਹੜੀ ਤਾਂ ਹੁਸ਼ਿਆਰਪੁਰ ਦੀ ਲਾਸ਼ ਆ ਬਜ਼ੁਰਗ ਦੀ ਉਹ ਅੰਮ੍ਰਿਤਸਰ ਪਹੁੰਚ ਜਾਂਦੀ ਹੈ ਅੰਮ੍ਰਿਤਸਰ ਵਾਲੀ ਮ੍ਰਿਤਕ ਔਰਤ ਦੀ ਲਾਸ਼ ਆ ਜਿਹੜੀ ਉਹ ਹੁਸ਼ਿਆਰਪੁਰ ਪਹੁੰਚ ਜਾਂਦੀ ਹੈ ਤੇ ਇਸ ਮਾਮਲੇ ਦੇ ਉੱਤੇ ਇਨਸਾਫ਼ ਲੈਣ ਦੇ ਲਈ ਹੁਸ਼ਿਆਰਪੁਰ ਦੇ ਸਬੰਧਤ ਪਰਿਵਾਰ ਨੇ ਹੁਣ ਮਾਨਯੋਗ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਹੋਇਆ ਹੈ ਯਾਨੀ ਕਿ ਇਹੋ ਜਿਹੀਆਂ ਪ੍ਰਸਥਿਤੀਆਂ ਬਣ ਜਾਂਦੀਆਂ ਜਿਹੜੀਆਂ ਕਿ ਅਚੰਭਾ ਪੈਦਾ ਕਰਦੀਆਂ ਕਿ ਪੰਜਾਬ ਦੇ ਵਿੱਚ ਇੰਉਂ ਵੀ ਹੋ ਸਕਦਾ ਹੈ ਪਰ ਪੰਜਾਬ ਦੇ ਵਿੱਚ ਸਾਰਾ ਕੁਝ ਚੱਲ ਰਿਹਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਫਿਕਰ ਵਾਲੀ ਗੱਲ ਕੋਈ ਨਹੀਂ ਲੋਕ ਕਹਿੰਦੇ ਵੀ ਫਿਕਰ ਤੋਂ ਬਿਨਾ ਕੋਈ ਗੱਲ ਨਹੀਂ ਪੰਜਾਬ ਦੀਆਂ ਵਿਰੋਧੀ ਧਿਰਾਂ ਕਹਿੰਦੀਆਂ ਵੀ ਪੰਜਾਬ ਬਰਬਾਦ ਹੋਈ ਜਾਂਦਾ ਹੈ ਤੇ ਪੰਜਾਬ ਦੀ ਸੱਤਾਧਾਰੀ ਤਰਕ ਇਹ ਨਹੀਂ ਆ ਵੀ ਤੁਹਾਨੂੰ ਬਰਬਾਦੀ ਦੀ ਅਸਲ ਦੇ ਵਿੱਚ ਪਰਭਾਸ਼ਾ ਹੀ ਨਹੀਂ ਪਤਾ ਪੰਜਾਬ ਤਾਂ ਆਬਾਦ ਹੋਈ ਜਾਂਦਾ ਸੋ ਜਦੋਂ ਇਹੋ ਜਿਹੇ ਹਾਲਾਤ ਹੋਣ ਤਾਂ ਲੋਕਾਂ ਦੇ ਉੱਤੇ ਬਹੁਤ ਵੱਡੇ ਪੱਦਰ ਦੇ ਉੱਤੇ ਮਾਨਸਿਕ ਤੌਰ ਦੇ ਉੱਤੇ ਬੋਝ ਪੈਂਦਾ ਇਸ ਕਰਕੇ ਲੋਕਾਂ ਨੂੰ ਥੋੜੀ ਜਿਹੀ ਰਾਹਤ ਮਹਿਸੂਸ ਕਰਾਉਣ ਦੀ ਲੋੜ ਹੈ ਇਸ ਵਕਤ ਜਿਹੜੇ ਲੋਕਾਂ ਦੇ ਕਾਰੋਬਾਰ ਝੰਬੇ ਪਏ ਆ ਉਹਨਾਂ ਦਾ ਮੁੜ ਕੇ ਖੜਾ ਹੋਣਾ ਜ਼ਰੂਰੀ ਹੈ ਕਿਉਂਕਿ ਜੇਕਰ ਉਹਨਾਂ ਦਾ ਕਾਰੋਬਾਰ ਚੱਲੂਗਾ ਤਾਂ ਟੈਕਸ ਦੇ ਤੌਰ ਦੇ ਉੱਤੇ ਫੇਰ ਪੈਸਾ ਆਊਗਾ ਖਜ਼ਾਨੇ ਦੇ ਵਿੱਚ ਵੀ ਤਾਂ ਕੁਝ ਜਾਊਗਾ ਇਸ ਕਰਕੇ ਸਭ ਕੁਝ ਸੋਚ ਵਿਚਾਰ ਕੇ ਪੈਰ ਪਟੜ ਦੀ ਲੋੜ ਹੈ ਪੰਜਾਬ ਦੇ ਮੁੱਖ ਮੰਤਰੀ ਤੇ ਜਿਹੜੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਹ ਅੱਜ ਗੁੱਥਮ ਗੁੱਥਾ ਹੋ ਗਏ ਸ਼ਬਦ ਤੌਰ ਦੇ ਉੱਤੇ ਕੱਲ ਅਸੀਂ ਇਹ ਖਬਰ ਸਾਂਝੀ ਕੀਤੀ ਸੀ ਕਿ ਦਿਔਰ ਤੇ ਭਾਬੀ ਮੇਣੋ ਮੇਣੀ ਹੋ ਗਏ ਉਹ ਸੀ ਹਰਸਿਮਰਤ ਕੌਰ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ ਕਿਉਂਕਿ ਹਰਸਿਮਰਤ ਕੌਰ ਹੋਰਲੇ ਨੇ ਟਵੀਟ ਕਰਕੇ ਇਹ ਗੱਲ ਕਹੀ ਸੀ ਕਿ 11000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਪੰਜਾਬ ਨੂੰ ਜੀਐਸਟੀ ਦੇ ਮਿਲ ਚੁੱਕੀ ਹੈ ਹੁਣ ਤਾਂ ਵੇਲੇ ਸਿਰ ਤਨਖਾਹਾਂ ਤੇ ਪੱਤੇ ਮਿਲ ਜਾਣ ਤੇ ਦਿਔਰ ਨੇ ਇਹ ਗੱਲ ਕਹੀ ਸੀ ਕਿ ਨਹੀਂ ਹਾਲੇ ਵੀ ਸਾਡਾ ਬਕਾਇਆ ਪਿਆ ਜਣ ਕਿ ਟਵੀਟੋ ਟਵੀਟੀ ਹੋ ਕੇ ਉਥੇ ਲੋਕਾਂ ਦੇ ਵਿੱਚ ਖਬਰਾਂ ਪੈਦਾ ਕਰ ਦਿੱਤੀਆਂ ਗਈਆਂ ਪਰ ਉਹਦਾ ਤਣ ਪੱਤਣ ਕੋਈ ਲੜਪੱਲਾ ਕਿਸੇ ਦੇ ਪਾਸੇ ਨਹੀਂ ਨਿਕਲਿਆ ਨਾ ਕਿਸੇ ਦੇ ਹੱਥ ਪੱਲੇ ਕੁਝ ਆਇਆ ਅੱਜ ਸੁਖਬੀਰ ਸਿੰਘ ਬਾਦਲ ਖੁਰਾ ਨੇ ਇਹ ਗੱਲ ਕਹੀ ਹੈ ਵੀ ਜਦੋਂ ਹੁਣ ਯੂਏਪੀਏ ਐਕਟ ਦੇ ਨਾਂ ਦੇ ਉੱਤੇ ਪੰਜਾਬ ਦੇ ਕੁਝ ਸਿੱਖ ਨੌਜਵਾਨਾਂ ਦੇ ਉੱਤੇ ਅਤਿਆਚਾਰ ਕੀਤਾ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਜਦੋਂ ਉਹਨਾਂ ਨੂੰ ਥਾਣੇ ਦੇ ਵਿੱਚ ਸੱਦ ਕੇ ਤੇ ਪੁੱਛਗਿੱਛ ਸਖਤ ਕੀਤੀ ਜਾ ਰਹੀ ਹੈ ਫਿੰਗਰਪ੍ਰਿੰਟ ਵੀ ਲਏ ਜਾ ਰਹੇ ਆ ਇਹ ਗੱਲ ਪਿਛਲੇ ਦਿਨੀ ਮਾਨ ਦਲ ਦੇ ਵੀ ਕਹੀ ਸੀ ਇਹ ਗੱਲ ਕਈ ਵਾਰ ਸੁਖਪਾਲ ਸਿੰਘ ਖਹਿਰਾ ਖੁਰਾ ਨੇ ਵੀ ਕਹੀ ਹੈ ਅੱਜ ਸੁਖਬੀਰ ਸਿੰਘ ਬਾਦਲ ਖੁਰਾ ਨੇ ਵੀ ਇਸ ਮੁੱਦੇ ਨੂੰ ਚੁੱਕਿਆ ਉਹਨਾਂ ਨੇ ਕਿਹਾ ਜੀ ਕਿ ਇੰਦਰਾ ਗਾਂਧੀ ਦੇ ਦੌਰ ਦਾ ਚੇਤਾ ਆ ਰਿਹਾ ਕਿਉਂਕਿ ਉਹ ਵੀ ਸਿੱਖਾਂ ਦੇ ਪ੍ਰਤੀ ਇਦਾਂ ਨਹੀਂ ਸੋਚ ਰੱਖਦੇ ਸੀ ਤੇ ਹੁਣ ਪੰਜਾਬ ਦੇ ਵਰਤਮਾਨ ਮੁੱਖ ਮੰਤਰੀ ਸਾਹਿਬ ਵੀ ਉਹੋ ਜੀ ਸੋਚ ਹੀ ਰੱਖਦੇ ਆ ਇਸ ਕਾਨੂੰਨ ਦੇ ਤਹਿਤ ਜੋ ਜੋ ਕੁਝ ਕੀਤਾ ਜਾ ਰਿਹਾ ਸਿੱਖ ਨੌਜਵਾਨਾਂ ਦੇ ਨਾਲ ਇਹ ਬਰਦਾਸ਼ਤਯੋਗ ਨਹੀਂ ਹੈ ਪਰ ਇਹਦਾ ਮੋੜਵਾ ਉੱਤਰ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਸਾਨੂੰ ਆਪਣਾ ਕੰਮ ਕਰਨ ਤੋਂ ਕੋਕ ਰੋਕ ਨਹੀਂ ਸਕਦਾ ਕਿਸੇ ਦੀਆਂ ਧਮਕੀਆਂ ਤੋਂ ਅਸੀਂ ਡਰਨ ਵਾਲੇ ਨਹੀਂ ਤੇ ਨਾਲ ਹੀ ਕੈਪਟਨ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਜਦੋਂ ਥੋੜੀ ਸਰਕਾਰ ਸੀ ਉਦੋਂ ਇਸੇ ਐਕਟ ਦੇ ਤਹਿਤ ਦਰਜਨਾਂ ਦੀ ਗਿਣਤੀ ਦੇ ਵਿੱਚ ਨੌਜਵਾਨਾਂ ਦੇ ਉੱਤੇ ਪਰਚੇ ਦਰਜ ਹੋਏ ਸੀ ਉਹਨਾਂ ਨੇ ਇਹ ਵੀ ਗੱਲ ਦੱਸੀ ਹੈ ਕਿ ਕਿਹੜੇ ਸਾਲ ਦੇ ਵਿੱਚ ਕਿੰਨੇ ਪਰਚੇ ਦਰਜ ਹੋਏ ਸੀ ਤੇ ਹੁਣ ਉਹ ਕਹਿੰਦੇ ਵੀ ਤੁਹਾਨੂੰ ਯੂਏਪੀਏ ਐਕਟ ਚੁਬਦਾ ਪਰ ਆਪਣੇ ਵੇਲੇ ਸਾਰਾ ਕੁਝ ਠੀਕ ਸੀਗਾ ਪਹਿਲਾਂ ਇਸ ਰਿਪੋਰਟ ਦਾ ਵਿਰਵਾ ਤੇ ਬਾਅਦ ਵਿੱਚ ਕਰਨ ਟਿੱਪਣੀ ਪੰਜਾਬ ਦੇ ਵਿੱਚ ਯੂਏਪੀਏ ਕਾਨੂੰਨ ਨੂੰ ਲੈ ਕੇ ਰਾਜਨੀਤਿਕ ਵਿਵਾਦ ਜਾਰੀ ਹੈ ਯੂਏਪੀਏ ਐਕਟ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਸੁਖਬੀਰ ਬਾਦਲ ਆਮੋ ਸਾਹਮਣੇ ਹੋ ਗਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਤਿੱਖਾ ਹਮਲਾ ਕੀਤਾ ਕੈਪਟਨ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਤਮਕੀਰਾਂ ਹੀ ਦੇਣੀ ਚਾਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਪੁਲਿਸ ਦੇ ਖਿਲਾਫ ਢੁਕਾ ਕੇ ਵੱਖਵਾਦੀ ਤਾਕਤਾਂ ਦੇ ਹੱਥਾਂ ਦੇ ਵਿੱਚ ਕਟਪੁਤਲੀ ਨਾ ਬਣਾਓ। ਕੈਪਟਨ ਦੇ ਇਸ ਬਿਆਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਜਵਾਬੀ ਕਾਰਵਾਈ ਕੀਤੀ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮਾਨਸਿਕਤਾ ਨਹੀਂ ਦਿਖਾਉਣੀ ਚਾਹੀਦੀ। ਇਸ ਤੋਂ ਬਾਅਦ ਕੈਪਟਨ ਨੇ ਸੁਖਬੀਰ ਬਾਦਲ ਤੇ ਹੋਰ ਹਮਲਾ ਕੀਤਾ ਕਿ ਉਹਨਾਂ ਨੂੰ ਧਮਕੀ ਨਾ ਦੇਣ ਤੇ ਨਾ ਹੀ ਨੌਜਵਾਨ ਢੁਕਾਉਣ ਦਸਣਯੋਗ ਹੈ ਕਿ ਗੈਰ ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਐਕਟ ਯਾਨੀ ਕਿ ਯੂਏਪੀਏ ਅਧੀਨ ਹੁਣ ਤੱਕ ਤਾਜ਼ਾ ਗ੍ਰਿਫਤਾਰੀਆਂ ਖਿਲਾਫ ਸੁਖਬੀਰ ਦੀ ਕਿਤੇ ਧਮਕੀ ਦੇ ਬਾਰੇ ਕੈਪਟਨ ਨੇ ਕਿਹਾ ਕਿ ਉਹ ਪੰਜਾਬ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰੱਖਿਆ ਲਈ ਕਾਨੂੰਨ ਮੁਤਾਬਕ ਸਾਰੇ ਕਦਮ ਚੁੱਕਣਗੇ ਉਹਨਾਂ ਨੇ ਕਿਹਾ ਕਿ ਸੁਖਬੀਰ ਦੀਆਂ ਧਮਕੀਆਂ ਮੈਨੂੰ ਲੋਕਾਂ ਨੂੰ ਸੁਰੱਖਿਅਤ ਬਣਾਉਣ ਤੋਂ ਰੋਕ ਨਹੀਂ ਸਕਦੀਆਂ ਅਮਰਿੰਦਰ ਸਿੰਘ ਨੇ ਕਿਹਾ ਕਿ ਬਦਲ ਨੂੰ ਜਾਂ ਤਾਂ ਯੂਏਪੀ ਦੇ ਤਹਿਤ ਗਲਤ ਗ੍ਰਿਫਤਾਰੀਆਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਤੇ ਜਾਂ ਫਿਰ ਬੇਕਾਰ ਬਹਿਸਬਾਦੀ ਨੂੰ ਰੋਕਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਸਰਕਾਰ ਦੀ ਯਾਦ ਦਿਵਾਉਂਦਿਆਂ ਕੈਪਟਨ ਨੇ ਕਿਹਾ ਕਿ ਸੁਖਬੀਰ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਉਸ ਸਮੇਂ ਇਸ ਐਕਟ ਅਧੀਨ 60 ਤੋਂ ਵੱਧ ਕੇਸ ਦਰਜ ਕੀਤੇ ਗਏ ਸੀ ਇਹਦੇ ਵਿੱਚੋਂ 2010 ਦੇ ਵਿੱਚ 19 ਤੇ 2017 ਦੇ ਵਿੱਚ 12 ਮਾਮਲੇ ਸਾਹਮਣੇ ਆਏ ਸਨ ਕੈਪਟਨ ਨੇ ਕਿਹਾ ਕਿ ਨਿੰਦਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਖਵਾਦੀ ਵਿਚਾਰਧਾਰਾ ਨਾਲ ਜੁੜੇ ਹੋਏ ਲੋਕਾਂ ਦੀ ਵਕਾਲਤ ਕਰ ਰਿਹਾ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੇ ਨਾਪਾਕ ਮਨਸੂਬਿਆਂ ਦੇ ਮੱਦੇਨਜ਼ਰ ਸਖਤ ਕਦਮ ਚੁੱਕੇ ਜਾ ਰਹੇ ਨੇ ਤੇ ਕੈਪਟਨ ਨੇ ਕਿਹਾ ਕਿ ਬਾਦਲ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਵਕਤ ਕੀ ਕੀ ਕੁਝ ਪਾਲਦਵਾਲੇ ਦੇ ਵਿੱਚ ਚੱਲ ਰਿਹਾ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਅੱਜ ਸੌਂਕਣਾ ਦੇ ਵਾਂਗੂ ਮਿਹਣੋ ਮਿਹਣੀ ਹੋਇਆ ਗਿਆ ਇਹਦੇ ਉੱਤੇ ਹੈਰਾਨੀ ਹੀ ਪ੍ਰਗਟ ਕੀਤੀ ਜਾ ਸਕਦੀ ਹੈ ਇਸ ਤੋਂ ਵੱਧ ਕੁਝ ਵੀ ਨਹੀਂ ਸੁਖਪਾਲ ਸਿੰਘ ਖੈਰਾਹੋਰੀ ਨੇ ਮੁੱਦਾ ਚੁੱਕਿਆ ਇਹ ਮੁੱਦਾ ਜਿਹੜਾ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਤਕਵੀ ਲੈ ਕੇ ਗਏ ਖੈਰਾਹੋਰੀ ਤੇ ਜਥੇਦਾਰ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਜਿ ਕਿ ਅਸੀਂ ਸਿੱਖਾਂ ਦੇ ਮਨਾਂ ਦੇ ਵਿੱਚ ਸਹਿਮ ਨਹੀਂ ਪੈਦਾ ਹੋਣ ਦਿਆਂਗੇ ਜੋ ਕਿ ਇਸ ਵਕਤ ਕੀਤਾ ਜਾ ਰਿਹਾ ਹੈ ਪਰ ਉਸ ਤੋਂ ਬਾਅਦ ਉਹਨਾਂ ਨੇ ਸ਼ਾਇਦ ਕੋਈ ਗਤੀਵਿਧੀ ਨਹੀਂ ਪਾਈ ਜਿੰਨੀ ਕਿ ਮੇਰੇ ਖਿਆਲ ਦੇ ਮੁਤਾਬਕ ਗੱਲ ਹੈ ਉਹਦੇ ਮੁਤਲਕ ਕੋਈ ਖਬਰ ਕਿਸੇ ਦੇ ਸਾਹਮਣੇ ਨਹੀਂ ਆਈ ਫਿਰ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਵੱਖ-ਵੱਖ ਥਾਣਿਆਂ ਦੇ ਵਿੱਚ ਡੀਜੀਪੀ ਦੇ ਨਾਂ ਦੇ ਉੱਤੇ ਮੰਗ ਪੱਤਰ ਦਿੱਤੇ ਗਏ ਉਹਨਾਂ ਨੇ ਵੀ ਇਹ ਗੱਲ ਕਹੀ ਜੀ ਕਿ ਜੇਕਰ ਪੁਲਿਸ ਦੇ ਵੱਲੋਂ ਇਹ ਧੱਕੇਸ਼ਾਹੀ ਜਾਰੀ ਰੱਖੀ ਗਈ ਤਾਂ ਅਸੀਂ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਉਣ ਵਾਸਤੇ ਮਜਬੂਰ ਹੋਵਾਂਗੇ ਪੁਲਿਸ ਦੇ ਖਿਲਾਫ ਇਹ ਖਬਰ ਵੀ ਉੱਥੋਂ ਤੱਕ ਰਹੇਗੀ ਹੁਣ ਜਦੋਂ ਅੱਜ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਮੁੱਦੇ ਨੂੰ ਚੁੱਕਿਆ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਪ ਉਹਨਾਂ ਨੇ ਕਿਹਾ ਜੀ ਕਿ ਤੁਹਾਡੇ ਰਾਜ ਦੇ ਵਿੱਚ ਆ ਆ ਕੁਝ ਹੁੰਦਾ ਸੀ ਹੁਣ ਤੁਸੀਂ ਸਾਨੂੰ ਰੋਕਦੇ ਆ ਪਰ ਸੱਚੀ ਗੱਲ ਇਹ ਹੈ ਵੀ ਭਾਵੇਂ ਅਕਾਲਗਾਂ ਦੇ ਰਾਜ ਦੇ ਵਿੱਚ ਵੀ ਹੁੰਦਾ ਸੀ ਤੇ ਭਾਵੇਂ ਹੁਣ ਵੀ ਇਹ ਹੁੰਦਾ ਹੋਵੇ ਕਿਉਂਕਿ 2019 ਦੇ ਵਿੱਚ ਇਸ ਕਾਨੂੰਨ ਦੇ ਵਿੱਚ ਸੋਧ ਕੀਤੀ ਗਈ ਹੈ ਵਿਅਕਤੀ ਵਿਸ਼ੇਸ਼ ਦੇ ਉੱਤੇ ਪਰਚਾ ਦਰਜ ਕੀਤਾ ਜਾ ਸਕਦਾ ਹੈ ਜੇਕਰ ਇਹ ਲੱਗਦਾ ਜੀ ਕਿ ਉਹਦਾ ਫਲਾਣੇ ਨਾਲ ਸੰਬੰਧ ਦਾ ਫਲਾਣੀ ਜਥੇਬੰਦੀ ਨਾਲ ਸੰਬੰਧ ਹੈ ਇਹ ਕਾਨੂੰਨ ਆ ਜਿਹੜਾ ਉਹ ਕਿਦਾਂ ਕਮਾਰੂ ਆ ਇਹਦੇ ਵਿੱਚ ਅਗਾਊਂ ਜ਼ਮਾਨਤ ਨਹੀਂ ਹੁੰਦੀ ਇਹਦੇ ਵਿੱਚ ਸਰਕਾਰ ਦੀ ਰਿਵਿਊ ਕਮੇਟੀ ਹੁੰਦੀ ਆ ਉਹਦੇ ਕੋਲੇ ਤੁਸੀਂ ਜਾਂਦੇ ਆ ਉਹ ਉਹਦੀ ਮਰਜ਼ੀ ਦੇ ਉੱਤੇ ਨਿਰਪਰ ਕਰਦੀ ਗੱਲ ਆ ਫਿਰ ਅਦਾਲਤ ਦਾ ਦਰਵਾਜ਼ਾ ਖੜਕਾ ਸਕਦੇ ਆ ਨਿਆਂਇਕ ਹਿਰਾਸਤ ਕਾਫੀ ਲੰਮੀ ਹੋ ਸਕਦੀ ਹੈ ਰਿਮਾਂਡ ਦੇ ਉੱਤੇ ਲੰਮਾ ਸਮਾਂ ਪੁਲਿਸ ਲੈ ਸਕਦੀ ਹੈ ਤੇ ਕਈ ਕੁਝ ਇਹਦੇ ਵਿੱਚ ਸ਼ਾਮਿਲ ਆ ਜਿਹੜਾ ਕਿ ਕਾਫੀ ਅਤਿਆਚਾਰੀ ਆ ਜਿਹੜਾ ਕਿ ਬੰਦੇ ਦੇ ਭਵਿੱਖ ਨੂੰ ਬੇਹੱਦ ਪ੍ਰਭਾਵਿਤ ਕਰਨ ਦੇ ਵਿੱਚ ਬਹੁਤ ਵੱਡਾ ਕੰਮ ਕਰ ਜਾਂਦਾ ਯੋਗਦਾਨ ਪਾ ਜਾਂਦਾ ਪਰ ਜਿਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਪੰਜਾਬ ਦੇ ਵਿੱਚ ਇਸ ਵਕਤ ਚਰਚਾ ਛੜ ਰਹੀ ਹੈ ਵਕ ਵਕ ਜਥੇਬੰਦਗਾ ਤੇ ਵਕ ਵਕ ਰਾਜਨੀਤਿਕ ਤੇਰਾ ਇਸ ਯੂਏਪੀਏ ਐਕਟ ਦੇ ਖਿਲਾਫ ਬੋਲ ਰਹੀਆਂ ਇਸ ਗੱਲ ਦੀ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਦੀ ਸਰਕਾਰ ਹੈ ਜਿਹੜੀ ਉਹ ਕੇਂਦਰ ਦੀ ਸਰਕਾਰ ਤੱਕ ਪਹੁੰਚ ਕਰੇ ਤੇ ਇਹ ਕਾਨੂੰਨ ਰੱਦ ਕੀਤਾ ਜਾਵੇ ਵੈਸੇ ਸਵਾਲ ਇਹ ਵੀ ਕੀਤਾ ਜਾ ਰਿਹਾ ਕਿ ਅਕਾਲੀ ਦਲ ਦੀ ਭਾਜਪਾ ਦੇ ਨਾਲ ਹਿੱਸੇਦਾਰੀ ਹੈ ਉਹਨਾਂ ਨੂੰ ਚਾਹੀਦਾ ਕਿ ਭਾਜਪਾ ਨੂੰ ਕਿਹਾ ਜਾਵੇ ਜੀ ਕਿ ਯੂਏਪੀਏ ਦੇ ਵਿੱਚ ਜਿਹੜੀਆਂ ਸਖਤੀਆਂ ਇਦਾਂ ਦੀਆਂ ਹੈਗੀਆਂ ਇਹਦੇ ਵਿੱਚ ਤਬਦੀਲੀ ਕੀਤੀ ਜਾਵੇ ਪਰ ਪੰਜਾਬ ਦੀ ਰਾਜਨੀਤੀ ਪੰਜਾਬ ਦੀ ਹੀ ਰਹਿ ਜਾਣੀ ਆ ਇਹ ਗੱਲ ਗਾਂ ਨਹੀਂ ਛਿੜਦੀ ਤੇ ਜੇਕਰ ਗਾਂ ਗੱਲ ਛਿੜੇ ਉਹ ਵੀ ਇਕੱਠਤਾ ਦੇ ਤੌਰ ਤੇ ਉੱਤੇ ਸਮੂਹਕ ਤੌਰ ਦੇ ਉੱਤੇ ਤਾਂ ਪੰਜਾਬ ਦੇ ਵਿੱਚ ਕੁਝ ਬਣ ਸਕਦਾ ਨਹੀਂ ਤਾਂ ਇਕੱਲੇ ਇਕੱਲੇ ਤਾਂ ਸਿਰਫ ਖਬਰਾਂ ਹੀ ਬਣ ਸਕਦੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਅੱਜ ਇੱਕ ਲੋਕਪੱਖੀ ਗੱਲ ਕੀਤੀ ਗਈ ਹੈ ਜਿਹਦੀ ਕਿ ਸਿਫਤ ਰੱਜ ਕੇ ਕਰਨੀ ਬਣਦੀ ਆ। 8 ਰੁਪਏ ਤੇ 36 ਪੈਸੇ ਇੱਕ ਲੀਟਰ ਦੇ ਪਿੱਛੇ ਡੀਜ਼ਲ ਦੀ ਕੀਮਤ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ ਵਜ੍ਹਾ ਇਹ ਕਿ ਉੱਥੋਂ ਦੀ ਸਰਕਾਰ ਨੇ ਆਪਣੇ ਹਿੱਸੇ ਦੇ ਵੈਟ ਦੇ ਵਿੱਚ ਕਟੌਤੀ ਕਰ ਦਿੱਤੀ ਹੈ। ਜਿਹੜਾ ਵੈਟ ਪਹਿਲਾਂ ਡੀਜ਼ਲ ਦੇ ਉੱਤੇ 30% ਲੱਗਦਾ ਸੀ ਉਹਨੂੰ ਹੁਣ ਘਟਾ ਕੇ ਕਾਫੀ ਥੱਲੇ ਕਰ ਦਿੱਤਾ ਗਿਆ ਜਿਹਦੇ ਕਰਕੇ 8 ਰੁਪਏ ਤੇ 36 ਪੈਸੇ ਲੋਕਾਂ ਨੂੰ ਰਾਹਤ ਮਿਲੂਗੀ ਡੀਜ਼ਲ ਦੀ ਕੀਮਤ ਦੇ ਮਾਮਲੇ ਦੇ ਵਿੱਚ ਇਸ ਵਕਤ ਜਦੋਂ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਪਾਣੀ ਦੀ ਬੋਤਲ ਦੇ ਬਰਾਬਰ ਹੋਈਆਂ ਪਈਆਂ ਤਾਂ ਇਹ ਭਾਰਤ ਮਹਾਣੀ ਆ ਜਿੱਥੇ ਕਿ ਤੇਲ ਦੀਆਂ ਕੀਮਤਾਂ ਨੂੰ ਅੱਗ ਲੱਗੀ ਪਈ ਆ ਹੁਣ ਤਾਂ ਇਹ ਵੀ ਪਤਾ ਲੱਗਾ ਸੀ ਕਿ ਡੀਜ਼ਲ ਆ ਜਿਹੜਾ ਉਹ ਦਿੱਲੀ ਦੇ ਵਿੱਚ ਪੈਟਰੋਲ ਨੂੰ ਵੀ ਮਾਰ ਪਾ ਗਿਆ ਕਿਉਂਕਿ ਪੈਟਰੋਲ ਪਿੱਛੇ ਰਹਿ ਗਿਆ ਡੀਜ਼ਲ ਦੀ ਕੀਮਤ ਅੱਗੇ ਨਿਕਲ ਗਈ ਜਦੋਂ ਲੋਕਾਂ ਦੀ ਚੀਕ ਨਿਕਲੀ ਪਈ ਹੋਵੇ ਕੰਮ ਕਾਜ ਚੱਲਦੇ ਨਹੀਂ ਲੋਕਾਂ ਦੀਆਂ ਨੌਕਰੀਆਂ ਛੁੱਟ ਗਈਆਂ ਸਕੂਲਾਂ ਵਾਲੇ ਫੀਸ ਮੰਗਦੇ ਨੇ ਨਿੱਜੀ ਸਕੂਲਾਂ ਵਾਲੇ ਤਾਂ ਉਸ ਵਕਤ ਚਾਹੀਦਾ ਇਹ ਸੀ ਕਿ ਸਰਕਾਰਾਂ ਆਪਦਾ ਖਜ਼ਾਨਾ ਭਰਨ ਦੀ ਖਾਤਰ ਇਦਾਂ ਦੇ ਫੈਸਲੇ ਨਾ ਕਰਦੀਆਂ ਜਿਹੜੇ ਲੋਕ ਮਾਰੂ ਆ ਪਰ ਇਦਾਂ ਕੀਤੇ ਗਏ ਪਰ ਅੱਜ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਇੱਕ ਨਵੀਂ ਪਿਰਤ ਪਾ ਦਿੱਤੀ ਹੈ ਮੇਰਾ ਨਿੱਜੀ ਤੌਰ ਦੇ ਉੱਤੇ ਖਿਆਲ ਹੈ ਮੈਂ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਤ ਨਹੀਂ ਪਰ ਮੇਰੀ ਬੇਨਤੀ ਹੈ ਉਹਨਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਜਿਨ੍ਹਾਂ ਦੀ ਜਿਹੜੇ ਜਿਹੜੇ ਸੂਬੇ ਦੇ ਵਿੱਚ ਵੀ ਸਰਕਾਰ ਹੈ ਕਿ ਆਮ ਆਦਮੀ ਪਾਰਟੀ ਦੀ ਪਿੱਠ ਲਵਾਉਣ ਦਾ ਸੁਨਹਿਰੀ ਮੌਕਾ ਆ ਗਿਆ। ਉਹਨਾਂ ਨੇ 8 ਰੁਪਏ ਤੇ 36 ਪੈਸੇ ਲੀਟਰ ਦੇ ਪਿੱਛੇ ਤੇਲ ਦੀ ਕੀਮਤ ਘਟਾਈ ਆ। ਤੁਸੀਂ 15 ਰੁਪਏ ਘਟਾ ਦਿਓ। ਨਾਲੇ ਤਾਂ ਲੋਕ ਖੁਸ਼, ਨਾਲੇ ਅਰਵਿੰਦ ਕੇਜਰੀਵਾਲ ਦੇ ਫੈਸਲੇ ਜਿਹੜੇ ਉਹਨੂੰ ਨਗੂਣਾ ਮੰਨਣ ਲੱਗ ਪੈਣਗੇ ਲੋ। ਜੇਕਰ ਪੰਜਾਬ ਦੇ ਵਿੱਚ ਮੋਬਾਈਲ ਦਾ ਪੱਤਾ ਘਟਾਇਆ ਜਾ ਸਕਦਾ ਤਾਂ ਫਿਰ ਵੈਟ ਕਿਹੜੀ ਗੱਲ ਨੂੰ ਘਟਾਇਆ ਜਾ ਸਕਦਾ? ਇਹ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ। ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਦਿੱਲੀ ਵਾਲੇ ਰਾਜਨੀਤੀ ਕਰਦੇ ਆ ਦਿੱਲੀ ਵਾਲੇ ਰਾਜਨੀਤੀ ਕਰਦੇ ਆ ਪੰਜਾਬ ਵਾਲੇ ਵੀ ਕਰਨ ਵੱਧ ਤੋਂ ਵੱਧ ਕਰਨ ਲੋਕਾਂ ਨੂੰ ਫਾਇਦਾ ਹੋਣਾ ਚਾਹੀਦਾ ਲੋਕ ਆਪੇ ਕਹਿਣਗੇ ਵੀ ਪੰਜਾਬ ਦੀ ਸਰਕਾਰ ਤਾਂ ਦਿੱਲੀ ਦੀ ਸਰਕਾਰ ਨਾਲੋਂ ਕਰੋੜਾਂ ਦਰਜੇ ਚੰਗੀ ਆ ਪਰ ਕੁਝ ਕਰਕੇ ਦਿਖਾਇਆ ਜਾਵੇ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਚਪਣੀ ਦਿੱਲੀ ਦੀ ਕੈਬਨਿਟ ਨੇ ਡੀਜ਼ਲ ਦੇ ਉੱਤੇ ਵੈਟ ਦੀ ਦਰ ਨੂੰ ਮੌਜੂਦਾ 30% ਤੋਂ ਘਟਾ ਕੇ ਪੌਣੇ 17% ਦੀ ਕਰ ਦਿੱਤਾ ਹੈ ਦਿੱਲੀ ਦੇ ਵਿੱਚ ਮਈ ਦੇ ਵਿੱਚ ਡੀਜ਼ਲ ਦੇ ਉੱਤੇ ਵੈਟ ਵਧਾ ਦਿੱਤਾ ਗਿਆ ਸੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵੈਟ ਘਟਣ ਦੇ ਨਾਲ ਦਿੱਲੀ ਦੇ ਵਿੱਚ ਡੀਜ਼ਲ ਦੀ ਕੀਮਤ 82 ਰੁਪਏ ਪ੍ਰਤੀ ਲੀਟਰ ਤੋਂ ਘਟ ਕੇ 73 ਰੁਪਏ ਤੇ 64 ਪੈਸੇ ਪ੍ਰਤੀ ਲੀਟਰ ਹੋ ਗਈ ਹੈ ਇਸ ਤਰ੍ਹਾਂ ਦਿੱਲੀ ਦੇ ਵਿੱਚ ਡੀਜ਼ਲ ਪ੍ਰਤੀ ਲੀਟਰ ਹੁਣ 8 ਰੁਪਏ ਤੇ 36 ਪੈਸੇ ਸਸਤਾ ਹੋ ਗਿਆ ਸੂਬਾ ਸਰਕਾਰ ਡੀਜ਼ਲ ਤੇ ਪੈਟਰੋਲ ਦੇ ਉੱਤੇ ਵੈਟ ਲਾਉਂਦੀ ਹੈ ਜਦਕਿ ਕੇਂਦਰ ਦੀ ਸਰਕਾਰ ਇਹਨਾਂ ਦੇ ਉੱਤੇ ਹੋਰ ਟੈਕਸ ਲਾਉਂਦੀ ਹੈ ਕੇਂਦਰ ਦੀ ਸਰਕਾਰ ਨੇ ਵੀ ਮਈ ਦੇ ਵਿੱਚ ਆਪਣੇ ਇਸ ਟੈਕਸ ਦੇ ਵਿੱਚ ਭਾਰੀ ਵਾਅਦਾ ਕੀਤਾ ਸੀ ਦਿੱਲੀ ਦੇ ਵਿੱਚ ਡੀਜ਼ਲ ਦੀ ਕੀਮਤ ਜਿਹੜੀ ਉਹ ਪੈਟਰੋਲ ਦੀ ਕੀਮਤ ਤੋਂ ਅੱਗੇ ਨਿਕਲ ਗਈ ਸੀ ਦੇਸ਼ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੇ ਉੱਤੇ ਵਸਤੂ ਤੇ ਸੇਵਾ ਕਰ ਯਾਨੀ ਕਿ GST ਨਹੀਂ ਲੱਗਦੀ। ਦੇਸ਼ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀ ਖੁਦਰਾ ਕੀਮਤ ਅੰਤਰਰਾਸ਼ਟਰੀ ਉਤਪਾਦ ਕੀਮਤ ਤੇ ਹੋਰ ਦੇਸ਼ਾਂ ਦੀਆਂ ਪ੍ਰਸਥਿਤੀਆਂ ਦੇ ਉੱਤੇ ਨਿਰਭਰ ਕਰਦੀ ਹੈ। ਇਸ ਤੋਂ ਇਲਾਵਾ VAT, ਮਾਰਕੀਟਿੰਗ ਦਾ ਖਰਚਾ, ਮਾਰਜਨ, ਡੀਲਰ ਕਮਿਸ਼ਨ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਸ਼ਾਮਲ ਹੁੰਦੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਦੋਂ ਇਸ ਵਕਤ ਪੰਜਾਬ ਸਮੇਤ ਪੂਰੇ ਭਾਰਤ ਦੇ ਵਿੱਚ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਨੇ ਲੋਕਾਂ ਦੀ ਚੀਕ ਕਢਾਈ ਹੋਈ ਹੈ। ਉਤੋ ਕਾਰੋਬਾਰ ਬੰਦਾ ਇਹ ਚੀਕ ਹੋਰ ਬੁਲਬਲੀ ਬਣ ਗਈ ਹੈ ਤੇ ਚਾਹੀਦਾ ਇਹ ਸੀ ਕਿ ਸਰਕਾਰਾਂ ਲੋਕਪੱਖੀ ਫੈਸਲੇ ਕਰਨ ਪਰ ਇਦਾਂ ਕੀਤਾ ਨਹੀਂ ਗਿਆ ਦਿੱਲੀ ਦੀ ਸਰਕਾਰ ਨੇ ਜੇਕਰ ਕੋਰੋਨਾ ਮਹਾਮਾਰੀ ਦੇ ਵਿੱਚ ਵੈਟ ਵਧਾਇਆ ਤਾਂ ਹੁਣ ਉਹਨਾਂ ਨੇ ਘਟਾਇਆ ਵੀ ਹੈ ਮੈਂ ਨਿੱਜੀ ਤੌਰ ਦੇ ਉੱਤੇ ਸੋਚ ਰੱਖਦਾ ਕਿ ਸਾਡੇ ਸੂਬੇ ਦੀ ਸਰਕਾਰ ਨੂੰ ਵੀ ਇਹ ਚਾਹੀਦਾ ਕਿ ਅਸੀਂ ਵੀ ਅੱਜ ਤੋਂ ਬਾਅਦ 10 ਰੁਪਏ ਘਟਾ ਦਿੱਤਾ ਇਹਦੇ ਨਾਲ ਸਰਕਾਰ ਦਾ ਅਕਸ ਸੁਧਰੂਗਾ ਇਹਦੇ ਨਾਲ ਲੋਕਾਂ ਨੂੰ ਰਾਹਤ ਮਿਲੂਗੀ ਕਿਉਂਕਿ ਹੁਣ ਤੱਕ ਆਪਾਂ ਬੋਝ ਹੀ ਪਾਇਆ ਭਾਵੇਂ ਤਾਂ ਇਹ ਬਿਜਲੀ ਦੀਆਂ ਕੀਮਤਾਂ ਦੇ ਮਾਮਲੇ 'ਚ ਹੋਵੇ ਤੇ ਭਾਵੇਂ ਇਹ ਬਸ ਪਾੜੇ ਦੇ ਮਾਮਲੇ ਦੇ ਵਿੱਚ ਹੋਵੇ ਤੇ ਭਾਵੇਂ ਰਜਿਸਟਰੀ ਦੀਆਂ ਕੀਮਤਾਂ ਜਿਹੜੀਆਂ ਉਹਦੇ ਵਿੱਚ ਵਾਧਾ ਕਰਨ ਦੀ ਗੱਲ ਹੈ ਤੇ ਭਾਵੇਂ ਇੰਤਕਾਲ ਦੀ ਫੀਸ ਆ ਜਿਹੜੀ 300 ਤੋਂ 600 ਰੁਪਈਆ ਕਰਨ ਦੀ ਗੱਲ ਹੈ ਲੋਕਾਂ ਨੂੰ ਕਿਸੇ ਪਾਸਿਓ ਇੱਕ ਪੈਸੇ ਦੀ ਰਾਹਤ ਨਹੀਂ ਮਿਲੀ ਇਸ ਵਕਤ ਪੰਜਾਬ ਦੀ ਸਰਕਾਰ ਦੀ ਤੁਲਨਾ ਜਦੋਂ ਦਿੱਲੀ ਦੀ ਸਰਕਾਰ ਦੇ ਨਾਲ ਕਰਕੇ ਦੇਖਦੇ ਆ ਤਾਂ ਲੋਕਾਂ ਦੇ ਮਨਾਂ ਵਿੱਚ 100 ਕਿਸਮ ਦੇ ਸਵਾਲ ਖੜੇ ਹੁੰਦੇ ਆ ਸਾਨੂੰ ਇਸ ਗੱਲ ਦੇ ਉੱਤੇ ਖੁਸ਼ੀ ਹੋਊਗੀ ਕਿ ਪੰਜਾਬ ਦੀ ਸਰਕਾਰ ਨੇ ਦੇਖੋ ਜੀ ਆ ਕਮਾਲ ਦਾ ਕੰਮ ਕਰ ਦਿਖਾਇਆ ਪੰਜਾਬ ਦੀ ਸਰਕਾਰ ਨੇ ਜੋ ਕਿਆ ਨਹੀਂ ਸੀ ਉਹ ਵੀ ਕਰਕੇ ਦਿਖਾਤਾ ਜੇ ਅਸੀਂ ਇਹ ਗੱਲ ਕਹਿੰਨੇ ਵੀ ਦਿੱਲੀ ਦੀ ਸਰਕਾਰ ਤਾਂ ਰਾਜਨੀਤੀ ਕਰਦੀ ਆ ਦਿੱਲੀ ਦੀ ਸਰਕਾਰ ਤਾਂ ਸਟੰਟ ਕਰਦੀ ਆ ਦਿੱਲੀ ਦੀ ਸਰਕਾਰ ਦੇ ਤਾਂ ਡਰਾਮਾ ਕੀਤਾ ਅਸੀਂ ਚਾਹੁੰਦੇ ਆ ਕਿ ਪੰਜਾਬ ਸੂਬੇ ਦੇ ਵਿੱਚ ਵੀ ਉਹ ਡਰਾਮਾ ਹੋਵੇ ਅਸੀਂ ਚਾਹੁੰਦੇ ਅਸੀਂ ਇੱਥੇ ਵੀ ਇਹੋ ਜਿਹੇ ਸਟੰਟ ਕੀਤੇ ਜਾਣ ਅਸੀਂ ਚਾਹੁੰਦੇ ਆ ਕਿ ਇੱਥੇ ਵੀ ਇਹੋ ਜਿਹੇ ਪਖੰਡ ਹੋਣ ਵੋਟਾਂ ਦੀ ਖਾਤਰ ਹੀ ਸਹੀ ਲੋਕਾਂ ਨੂੰ ਮਾੜੀ-ਮੋਟੀ ਰਾਹਤ ਤਾਂ ਮਿਲੇ ਕਿਉਂਕਿ ਲੋਕਾਂ ਦੀ ਪੰਜਾਬ ਦੇ ਵਿੱਚ ਕੀ-ਕੀ ਨਿਕਲੀ ਪਈ ਆ ਕਿਸਾਨ ਮਹਿੰਗੇ ਭਾ ਦਾ ਡੀਜ਼ਲ ਫੂਕ-ਫੂਕ ਕੇ ਇਸ ਵਕਤ ਤਰਾਤਰਾ ਕਰ ਰਹੇ ਆ ਕਿਉਂਕਿ ਫਸਲ ਪਾਲਣੀ ਬਹੁਤ ਜ਼ਰੂਰੀ ਆ ਇਸ ਵਕਤ ਹਰ ਕਾਰੋਬਾਰ ਜਿਹੜਾ ਉਹ ਤਬਾਹ ਹੋਇਆ ਪਿਆ ਜ਼ਰੂਰ ਤੇ ਇਸ ਗੱਲ ਦੀ ਆ ਕਿ ਅਸੀਂ ਦਿੱਲੀ ਦੀ ਨਕਲ ਕਰੀਏ ਦਿੱਲੀ ਨੂੰ ਪਛਾੜ ਹੀ ਦੇਗੇ ਪੰਜਾਬ ਦੇ ਲੋਕਾਂ ਨੂੰ ਸਹੂਲਤ ਦੇਣ ਦੇ ਮਾਮਲੇ ਦੇ ਵਿੱਚ ਖਬਰਾਂ ਦੇ ਉੱਤੇ ਵੀ ਚਾਰ-ਚਰਚਾ ਦੋਸਤੋ ਹੋਰ ਤਰੀਕਾ ਏ ਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆਗਿਆ ਦਿਓ ਬਹੁਤ ਬਹੁਤ ਮਿਹਰਬਾਨੀ